ਸਿੱਧੂ ਮੂਸੇਵਾਲਾ ਦੇ ਘਰ ਆਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਹਰ ਚਿਹਰੇ ਤੇ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਪਰੰਪਰਾਵਾਂ ਦੇ ਮੁਤਾਬਿਕ ਹਵੇਲੀ ਦੇ ਬਾਹਰ ਨਿੰਮ ਟੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਰਾਣੇ ਘਰ 'ਚ ਵੀ ਨਿੰਮ ਟੰਗੀ ਜਾ ਰਹੀ ਹੈ। ਮਹਿਲਾਵਾਂ ਗੀਤ ਗਾ ਕੇ ਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਨੂੰ ਜ਼ਾਹਰ ਕਰ ਰਹੀਆਂ ਨੇ। ਹਰ ਪਾਸੇ ਖੁਸ਼ੀਆਂ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ ਤੇ ਪਿੰਡ ਵਾਸੀ ਪਲਕਾਂ ਵਿਛਾ ਕੇ ਛੋਟੇ ਮੂਸੇਵਾਲਾ ਦਾ ਇੰਤਜ਼ਾਰ ਕਰ ਰਹੇ ਨੇ। ਜੋ ਕੋਈ ਆਪਣਾ ਇਹ ਹੈਗਾ ਰਿਵਾਜ ਆਪਾਂ ਨਿੰਮ ਮੰਨਿਆ ਵੀਰ ਦਾ, ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ। ਮਹਾਰਾਜ ਨੇ ਦੁਬਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ, ਸਾਨੂੰ ਤਾਂ ਇਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ। ਤੁਸੀਂ ਮਿਲੇ ਛੋਟੇ ਸਿੱਧੂ ਦੇਖਿਆ? ਹਾਂ ਵੀਰੇ, ਫੋਟੋਆਂ ਵੇਖੀਆਂ ਨੇ, ਬਹੁਤ ਪਿਆਰਾ ਬੱਚਾ ਹੈਗਾ। ਸੇਮ ਸਾਨੂੰ ਤਾਂ ਉਵੇਂ ਲੱਗਦਾ ਜਿਵੇਂ ਵੀਰ ਦੀਆਂ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ, ਸਾਨੂੰ ਉਵੇਂ ਹੀ ਲੱਗਦਾ ਵੀਰ। ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ, ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ, ਇੰਨੀ ਜ਼ਿਆਦਾ ਖੁਸ਼ੀ ਹੈ। ਮਹਾਰਾਜ ਨੇ, ਪਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ, ਬਸ ਬੱਚਾ ਉਸੇ ਲੈਣ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ। ਗੱਲਾਂ ਤੇ ਕੀ ਹੈ ਬਈ, ਖੁਸ਼ੀ ਹੈ ਪੰਜਾਬੀ ਸੱਭਿਆਚਾਰ ਮੁਤਾਬਕ, ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮੁਤਾਬਕ ਜਦੋਂ ਸਾਡੀ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਨਦੇ ਹਾਂ, ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਘਰੇ ਵੀ ਬੰਨਿਆ, ਸਮਾਜ ਤੇ ਬੰਨਿਆ ਤੇ ਇੱਥੇ ਪੁਰਾਣੇ ਘਰੇ ਵੀ ਨਿੰਮ ਬੰਨ ਕੇ ਰਸਮ ਪੂਰੀ ਕੀਤੀ ਹੈ ਤੇ ਅਸੀਂ ਬਹੁਤ ਖੁਸ਼ ਹਾਂ। ਸਾਡੀਆਂ ਮਾਵਾਂ ਭੈਣਾਂ ਨੇ ਗੀਤ ਗਾ ਕੇ ਖੁਸ਼ੀ ਮਨਾਈ ਅਸੀਂ। ਨਹੀਂ ਉਹ ਤਾਂ ਭੁੱਲ ਜਾਣ ਵੀ, ਉਹ ਤਾਂ ਬਾਈ ਨੇ ਵੀ ਕਿਹਾ ਸੀ ਵੀ ਭੁੱਲ ਜਾਓ ਤੁਸੀਂ, ਤੇ ਬਾਈ ਨੇ ਬਾਈ ਆਇਆ ਦੁਬਾਰੇ ਤੇ ਅਸੀਂ ਬਹੁਤ ਖੁਸ਼ ਹਾਂ। ਤੇ ਅਸੀਂ ਉਸ ਅਕਾਲ ਪੁਰਖ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਖੁਸ਼ੀਆਂ ਵਾਪਸ ਲੈ ਕੇ ਆਉਂਦੀਆਂ ਪੁਰਾਣੇ ਘਰੇ ਹਵੇਲੀ ਦੇ ਵਿੱਚ, ਤੇ ਅਸੀਂ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਦਿਨ ਦੀ ਜੀ। ਸਿੱਧੂ ਮੂਸੇਵਾਲਾ ਦੇ ਘਰ ਆਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ। ਹਰ ਚਿਹਰੇ ਤੇ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ। ਪਰੰਪਰਾਵਾਂ ਦੇ ਮੁਤਾਬਿਕ ਹਵੇਲੀ ਦੇ ਬਾਹਰ ਨਿੰਮ ਟੰਗੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਰਾਣੇ ਘਰ 'ਚ ਵੀ ਨਿੰਮ ਟੰਗੀ ਜਾ ਰਹੀ ਹੈ। ਮਹਿਲਾਵਾਂ ਗੀਤ ਗਾ ਕੇ ਤੇ ਗਿੱਧਾ ਪਾ ਕੇ ਆਪਣੀ ਖੁਸ਼ੀ ਨੂੰ ਜ਼ਾਹਰ ਕਰ ਰਹੀਆਂ ਨੇ। ਹਰ ਪਾਸੇ ਖੁਸ਼ੀਆਂ ਵਾਲਾ ਮਾਹੌਲ ਨਜ਼ਰ ਆ ਰਿਹਾ ਹੈ ਤੇ ਪਿੰਡ ਵਾਸੀ ਪਲਕਾਂ ਵਿਛਾ ਕੇ ਛੋਟੇ ਮੂਸੇਵਾਲਾ ਦਾ ਇੰਤਜ਼ਾਰ ਕਰ ਰਹੇ ਨੇ। ਜੋ ਕੋਈ ਆਪਣਾ ਇਹ ਹੈਗਾ ਰਿਵਾਜ ਆਪਾਂ ਨਿੰਮ ਮੰਨਿਆ ਵੀਰ ਦਾ, ਤੇ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ। ਮਹਾਰਾਜ ਨੇ ਦੁਬਾਰੇ ਖੁਸ਼ੀਆਂ ਲਿਆਤੀਆਂ ਹਵੇਲੀ ਦੇ ਵਿੱਚ, ਸਾਨੂੰ ਤਾਂ ਇਹੀ ਲੱਗਦਾ ਵੀ ਵਾਪਸ ਸਿੱਧੂ ਵਾਪਸ ਆ ਗਿਆ। ਤੁਸੀਂ ਮਿਲੇ ਛੋਟੇ ਸਿੱਧੂ ਦੇਖਿਆ? ਹਾਂ ਵੀਰੇ, ਫੋਟੋਆਂ ਵੇਖੀਆਂ ਨੇ, ਬਹੁਤ ਪਿਆਰਾ ਬੱਚਾ ਹੈਗਾ। ਸੇਮ ਸਾਨੂੰ ਤਾਂ ਉਵੇਂ ਲੱਗਦਾ ਜਿਵੇਂ ਵੀਰ ਦੀਆਂ ਛੋਟੇ ਹੁੰਦੇ ਦੀਆਂ ਪਹਿਲਾਂ ਸਿੱਧੂ ਦੀਆਂ ਫੋਟੋਆਂ ਵੇਖੀਆਂ ਗਈਆਂ, ਸਾਨੂੰ ਉਵੇਂ ਹੀ ਲੱਗਦਾ ਵੀਰ। ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ, ਸਾਡਾ ਤਾਂ ਜਣੀ ਦੀ ਕੋਈ ਬਿਆਨ ਨਹੀਂ ਕਰ ਸਕਦੇ, ਇੰਨੀ ਜ਼ਿਆਦਾ ਖੁਸ਼ੀ ਹੈ। ਮਹਾਰਾਜ ਨੇ, ਪਰਮਾਤਮਾ ਨੇ ਉਹਨਾਂ ਦੀ ਝੋਲੀ ਮਹਾਰਾਜ ਕਰੇ, ਬਸ ਬੱਚਾ ਉਸੇ ਲੈਣ ਤੇ ਉਸੇ ਤਰ੍ਹਾਂ ਤਰੱਕੀਆਂ ਕਰੇ। ਗੱਲਾਂ ਤੇ ਕੀ ਹੈ ਬਈ, ਖੁਸ਼ੀ ਹੈ ਪੰਜਾਬੀ ਸੱਭਿਆਚਾਰ ਮੁਤਾਬਕ, ਜਿਵੇਂ ਸਾਡੇ ਪੰਜਾਬੀ ਕਲਚਰ ਦੇ ਮੁਤਾਬਕ ਜਦੋਂ ਸਾਡੀ ਖੁਸ਼ੀ ਹੁੰਦੀ ਹੈ ਘਰੇ ਅਸੀਂ ਨਿੰਮ ਬੰਨਦੇ ਹਾਂ, ਉਸੇ ਤਰ੍ਹਾਂ ਹੀ ਅੱਜ ਅਸੀਂ ਨਵੇਂ ਘਰੇ ਵੀ ਬੰਨਿਆ, ਸਮਾਜ ਤੇ ਬੰਨਿਆ ਤੇ ਇੱਥੇ ਪੁਰਾਣੇ ਘਰੇ ਵੀ ਨਿੰਮ ਬੰਨ ਕੇ ਰਸਮ ਪੂਰੀ ਕੀਤੀ ਹੈ ਤੇ ਅਸੀਂ ਬਹੁਤ ਖੁਸ਼ ਹਾਂ। ਸਾਡੀਆਂ ਮਾਵਾਂ ਭੈਣਾਂ ਨੇ ਗੀਤ ਗਾ ਕੇ ਖੁਸ਼ੀ ਮਨਾਈ ਅਸੀਂ। ਨਹੀਂ ਉਹ ਤਾਂ ਭੁੱਲ ਜਾਣ ਵੀ, ਉਹ ਤਾਂ ਬਾਈ ਨੇ ਵੀ ਕਿਹਾ ਸੀ ਵੀ ਭੁੱਲ ਜਾਓ ਤੁਸੀਂ, ਤੇ ਬਾਈ ਨੇ ਬਾਈ ਆਇਆ ਦੁਬਾਰੇ ਤੇ ਅਸੀਂ ਬਹੁਤ ਖੁਸ਼ ਹਾਂ। ਤੇ ਅਸੀਂ ਉਸ ਅਕਾਲ ਪੁਰਖ ਦਾ ਧੰਨਵਾਦ ਵੀ ਕਰਦੇ ਹਾਂ ਜਿਨ੍ਹਾਂ ਨੇ ਖੁਸ਼ੀਆਂ ਵਾਪਸ ਲੈ ਕੇ ਆਉਂਦੀਆਂ ਪੁਰਾਣੇ ਘਰੇ ਹਵੇਲੀ ਦੇ ਵਿੱਚ,
ਤੇ ਅਸੀਂ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਤੇ ਸਾਰੇ ਦੇਸ਼ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਦਿਨ ਦੀ ਜੀ।